ਪਛਾਣਿਆ ਕਿ ਜਦੋਂ ਬੂਟਾ ਉੱਪਰ ਆ ਜਾਂਦਾ ਤਾਂ ਉਸ ਵਕਤ ਉਹਦੇ ਜਿਹੜੇ ਵਿਚਲੇ ਪੱਤੇ ਹੁੰਦੇ ਨੇ ਉਹਨਾਂ ਦੇ ਵਿੱਚ ਗੁਲਾਬੀ ਤੇ ਪੂਰੇ ਰੰਗ ਦੇ ਜਿਹੜਿਆ ਨਾ ਤੱਬੇ ਪੈਣੇ ਸ਼ੁਰੂ ਹੋ ਜਾਂਦੇ ਆ ਤੇ ਜਿੰਨੀਆਂ ਵੀ ਫਸਲਾਂ ਨੇ ਇਹ ਕੁਝ ਮਿੱਟੀ ਚੋਂ ਲੈਂਦੀਆਂ ਨੇ ਕੁਝ ਪਾਣੀ ਚੋਂ ਮਿਲਦੇ ਆ ਕੁਝ ਹਵਾ ਚੋਂ ਮਿਲਦੇ ਆ ਕੁਝ ਧੁੱਪ ਚੋਂ ਇਹਨਾਂ ਨੂੰ ਮਿਲਦੇ ਆ ਆਪਾਂ ਜਿਹੜੀਆਂ ਖਾਦਾਂ ਪਾਉਨੇ ਆ ਉਹਦੇ ਨਾਲ ਵੀ ਕਈ ਜਿਹੜੇ ਆ ਉਹ ਤਾਤੇ ਨੂੰ ਮਿਲਦੇ ਆ ਡੀਲਰਾਂ ਦੇ ਕਹਿਣ ਤੇ ਸੁਣੀ ਸੁਣਾਈ ਗੱਲ ਨਾਲ ਕਈ ਵਾਰੀ ਯੂਰੀਆ ਹੀ ਪਾਈ ਜਾਂਦੇ ਆ ਡੀਏਪੀ ਪਾਈ ਜਾਣਗੇ ਜਿਹੜੀ ਖਾਦ ਆਈ ਜਾਂ ਜਿਹੜੀ ਕਹਿ ਦਿੱਤੀ ਉਹ ਹੀ ਪਾ ਦਿੱਤੀ ਇੰਜ ਨਹੀਂ ਕਰਨਾ ਸਿਰਫ ਆਪਾਂ ਸਪਰੇਅ ਕਰਨਾ ਤੇ ਆਪਾਂ ਜ਼ਮੀਨ ਦੇ ਵਿੱਚ ਮੈਗਨੀਜ਼ ਨਹੀਂ ਪਾਉਣਾ ਕਿਸਾਨ ਭੈਣਾਂ ਉਹ ਤੇ ਪੜਾਓ ਜਿਹਾ ਆਇਆ ਤੁਹਾਨੂੰ ਸਾਰਿਆਂ ਨੂੰ ਇਸ ਪ੍ਰੋਗਰਾਮ ਦੇ ਵਿੱਚ ਆਪਣਾ ਸਾਰਾ ਦਾਰਉਮਦਾਰ ਦੋ ਫਸਲਾਂ ਤੇ ਕਿਸਾਨਾਂ ਦਾ ਪੰਜਾਬ ਦੇ ਵਿੱਚ ਹੈਗਾ ਹਰਿਆਣੇ ਚ ਵੀ ਹੈ ਨਾਲ ਲੱਗਦੇ ਯੂਪੀ ਚ ਵੀ ਹੈ ਪਰ ਆਪਣੇ ਇਲਾਕੇ ਦੇ ਵਿੱਚ ਜ਼ਿਆਦਾ ਝੋਨੇ ਤੇ ਆਪਾਂ ਜ਼ੋਰ ਦਿੰਨੇ ਆ ਜਾਂ ਫਿਰ ਕਣਕ ਤੇ ਜ਼ੋਰ ਦੇ ਰਹੇ ਆ ਕਈ ਇਲਾਕਿਆਂ ਚਾਹਲੂ ਬੀਜਦੇ ਆ ਮੱਕੀ ਬੀਜਦੇ ਆ ਕਪਾਹ ਵੀ ਆਪਣੇ ਬੀਜਦੇ ਆ ਮਾਲਵੇ ਦੇ ਵਿੱਚ ਪਰ ਬਹੁਤਾ ਜ਼ੋਰ ਕਣਕ ਤੇ ਝੋਨੇ ਤੇ ਆ ਆਪਾਂ ਇਹਨੂੰ ਪੂਰੀਆਂ ਕਰਨ ਲਈ ਤਾਂਕੇ ਚੰਗੀ ਆਮਦਨ ਹੋਵੇ ਖਾਦਾਂ ਵੀ ਪਾਉਨੇ ਆ ਰਸਾਇਣ ਖਾਦਾਂ ਵੀ ਪਾਉਨੇ ਆ ਛੜਕਾ ਵੀ ਕਰਦੇ ਆ ਨਦੀਨ ਨਾਸ਼ਕਾਂ ਦਾ ਬਾਕੀ ਦਵਾਈਆਂ ਦਾ ਵੀ ਕਰਦੇ ਆ ਪਰ ਇਹਨਾਂ ਫਸਲਾਂ ਨੂੰ ਬਹੁਤ ਸਾਰੇ ਤੱਤਾਂ ਦੀ ਲੋੜ ਹੁੰਦੀ ਆ ਉਹ ਤੱਤ ਇਹ ਜਿੰਨੀਆਂ ਵੀ ਫਸਲਾਂ ਨੇ ਇਹ ਕੁਝ ਮਿੱਟੀ ਚੋਂ ਲੈਂਦੀਆਂ ਨੇ ਕੁਝ ਪਾਣੀ ਚੋਂ ਮਿਲਦੇ ਆ ਕੁਝ ਹਵਾ ਚੋਂ ਮਿਲਦੇ ਆ ਕੁਝ ਧੁੱਪ ਚੋਂ ਇਹਨਾਂ ਨੂੰ ਮਿਲਦੇ ਆ ਲੇਕਿਨ ਫੇਰ ਵੀ ਇਸ ਦੀ ਕੋਈ ਨਾ ਕੋਈ ਘਾਟ ਰਹਿ ਜਾਂਦੀ ਆ ਤੇ ਅਸੀਂ ਉਹ ਫਿਰ ਉੱਪਰੋਂ ਪਾਉਨੇ ਆ ਆਪਾਂ ਆਈਡੀਆ ਖਾਦਾਂ ਪਾਉਨੇ ਆ ਉਹਦੇ ਨਾਲ ਵੀ ਕਈ ਜਿਹੜੇ ਆ ਉਹ ਤੱਤੇ ਨੂੰ ਮਿਲਦੇ ਆ ਪਰ ਫੇਰ ਵੀ ਅਸੀਂ ਦੇਖਦੇ ਆ ਕਿ ਕਈ ਵਾਰੀ ਫਸਲਾਂ ਪੀਲੀਆਂ ਪੈਣ ਲੱਗ ਪੈਂਦੀਆਂ ਨੇ ਕਣਕ ਜਿਹੜੀ ਆ ਉਹ ਬੂਝਾ ਮਾਰਨ ਲੱਗ ਪੈਂਦੀ ਆ ਬੂਟਾ ਹੀ ਨਹੀਂ ਵੱਧਾ ਉਹਦੇ ਉੱਤੇ ਕਈ ਕਿਸਮ ਦੀਆਂ ਬਿਮਾਰੀਆਂ ਆ ਜਾਂਦੀਆਂ ਨੇ ਸੋ ਅਸੀਂ ਹੁਣ ਤੁਹਾਡੇ ਨਾਲ ਜਿਵੇਂ ਅੱਜ ਗੱਲ ਕਰਨੀ ਆ ਕਿ ਕੁਝ ਤੱਤਾਂ ਦੀ ਘਾਟ ਹੁੰਦੀ ਆ ਉਹ ਤੱਤਾਂ ਨੂੰ ਆਪਾਂ ਕਿਵੇਂ ਪੂਰਾ ਕਰਨਾ ਕਿਉਂਕਿ ਵੇਖਣ ਵਿੱਚ ਆਇਆ ਕਿ ਜਦੋਂ ਮੈਗਨੀਜ਼ ਦੀ ਕੰਧਕ ਦੀ ਫਾਸਫੋਰਸ ਦੀ ਜਾਂ ਲੋਹੇ ਦੀ ਘਾਟ ਹੁੰਦੀ ਆ ਤਾਂ ਜਿਹੜੇ ਕਿਸਾਨਾਂ ਨੂੰ ਨਹੀਂ ਪਤਾ ਹੁੰਦਾ ਉਹ ਫਿਰ ਡੀਲਰਾਂ ਦੇ ਕਹਿਣ ਤੇ ਸੁਣੀ ਸੁਣਾਈ ਗੱਲ ਨਾਲ ਕਈ ਵਾਰੀ ਯੂਰੀਆ ਹੀ ਪਾਈ ਜਾਂਦੇ ਆ ਡੀਏਪੀ ਪਾਈ ਜਾਣਗੇ ਜਿਹੜੀ ਖਾਦ ਆਈ ਜਾਂ ਜਿਹੜੀ ਕਹਿ ਦਿੱਤੀ ਉਹ ਹੀ ਪਾ ਦਿੱਤੀ ਇੰਜ ਨਹੀਂ ਕਰਨਾ ਇਹਦੇ ਨਾਲ ਆਪਣਾ ਤੇ ਨੁਕਸਾਨ ਹੁੰਦਾ ਹੀ ਆਪਾਂ ਜ਼ਮੀਨ ਦਾ ਵੀ ਕਰ ਲੈਨੇ ਆ ਨੁਕਸਾਨ ਵਾਤਾਵਰਣ ਦਾ ਵੀ ਕਰ ਲੈਨੇ ਤੇ ਫਸਲ ਦਾ ਨੁਕਸਾਨ ਵੱਖਰਾ ਹੋ ਜਾਂਦਾ ਸੋ ਤੁਹਾਡੇ ਨਾਲ ਗੱਲ ਕਰ ਰਹੇ ਆ ਕਿ ਇੱਕ ਮੈਗਨੀਜ਼ ਤੱਤ ਹੈ ਉਹਦੀ ਘਾਟ ਜਦੋਂ ਫਸਲ ਵਿੱਚ ਆਉਂਦੀ ਕਣਕ ਦੇ ਤਾਂ ਉਹਦੀ ਘਾਟ ਪੂਰੀ ਕਿਵੇਂ ਕਰਨੀ ਆ ਆਪਾਂ ਉਹਦੇ ਤੇ ਬਹੁਤ ਥੋੜੇ ਜੇ ਖਰਚੇ ਨਾਲ ਪੂਰੀ ਕਰ ਸਕਦੇ ਆ ਸਭ ਤੋਂ ਪਹਿਲੀ ਤੇ ਗੱਲ ਇਹ ਆ ਕਿ ਜਿਹੜੀ ਮੈਗਨੀਜ਼ ਦੀ ਘਾਟ ਆਉਂਦੀ ਆ ਉਹਦੀ ਆਪਾਂ ਪਛਾਣ ਕਿਵੇਂ ਕਰਨੀ ਆ ਉਹ ਪਛਾਣਿਆ ਕਿ ਜਦੋਂ ਬੂਟਾ ਉੱਪਰ ਆ ਜਾਂਦਾ ਤਾਂ ਉਸ ਵਕਤ ਉਹਦੇ ਜਿਹੜੇ ਵਿਚਲੇ ਪੱਤੇ ਹੁੰਦੇ ਨੇ ਉਹਨਾਂ ਦੇ ਵਿੱਚ ਗੁਲਾਬੀ ਪੂਰੇ ਰੰਗ ਦੇ ਜਿਹੜੇ ਆ ਨਾ ਤੱਬੇ ਪੈਣੇ ਸ਼ੁਰੂ ਹੋ ਜਾਂਦੇ ਆ ਪੂਰੇ ਤਰ੍ਹਾਂ ਗੁਲਾਬੀ ਨਹੀਂ ਹੁੰਦੇ ਪੂਰੀ ਤਰ੍ਹਾਂ ਪੂਰੇ ਵੀ ਨਹੀਂ ਹੁੰਦੇ ਉਹਦੇ ਨੇੜੇ ਤੇੜੇ ਉਹ ਹੁੰਦੇ ਆ ਸੋ ਉਹ ਜਿਹੜੇ ਪੀਲੇ ਸਲੇਟੀ ਗੁਲਾਬੀ ਰੰਗ ਦੇ ਨੇੜੇ ਤੇੜੇ ਮਿਲਦੇ ਜਿਹੜੇ ਤੱਬੇ ਆ ਉਹ ਹੌਲੀ ਹੌਲੀ ਕੀ ਹੁੰਦਾ ਕਿ ਬੂਟੇ ਦੇ ਪੱਤੇ ਤੇ ਲੰਮੀਆਂ ਲੰਮੀਆਂ ਧਾਰੀਆਂ ਬਣ ਜਾਂਦੇ ਨੇ ਸੋ ਇਹ ਸਿੱਧੀ ਪਹਿਚਾਣ ਹੈਗੀ ਆ ਮੈਗਨੀਜ਼ ਤੇ ਘਾਟ ਦੀ ਜਦੋਂ ਕਣਕ ਸਿੱਟਿਆਂ ਤੇ ਆਈ ਹੁੰਦੀ ਆ ਤਾਂ ਉਦੋਂ ਫਿਰ ਇਹ ਘਾਟ ਜਿਹੜੀ ਹੈ ਜਿਹੜੇ ਉੱਪਰਲੇ ਪੱਤੇ ਹੁੰਦੇ ਆ ਉਹਨਾਂ ਤੇ ਜ਼ਿਆਦਾ ਦਿਸਦੀ ਹੈ ਸੋ ਇਹਦੀ ਘਬਰਾਉਣ ਦੀ ਲੋੜ ਨਹੀਂ ਹੈਗੀ ਇਹਦਾ ਕੁਝ ਨਹੀਂ ਕਰਨਾ ਤੁਸੀਂ ਇਹਦਾ ਇਹ ਆ ਕਿ ਕਣਕ ਬੀਜਣ ਪਾਣੀ ਲਾਉਣ ਤੋਂ ਪਹਿਲਾਂ ਬੀਜਣ ਤੋਂ ਬਾਅਦ ਜਿਹੜਾ ਪਹਿਲਾ ਪਾਣੀ ਲਾਉਣਾ ਉਸ ਤੋਂ ਪਹਿਲਾਂ ਤੁਸੀਂ 2-4 ਦਿਨ ਮੈਗਨੀਸ ਸਲਫੇਟ ਦੀ ਸਪਰੇਅ ਕਰ ਦੇਣੀ ਆ ਖਾਦ ਨਹੀਂ ਪਾਉਣੀ ਉਹਦੇ ਨਾਲ ਨੁਕਸਾਨ ਹੁੰਦਾ ਔਰ ਇਹਦੇ ਲਈ ਸਪਰੇਅ ਤੁਸੀਂ ਕਰਨੀ ਆ 1 ਕਿਲੋ ਜਿਹੜਾ 0.5% ਵਾਲਾ ਮੈਗਨੀਜ਼ ਸਲਫੇਟ ਆ ਉਹ ਲੈਣਾ 1 ਕਿਲੋ ਤੇ ਉਹਨੂੰ ਤੁਸੀਂ 200 ਲੀਟਰ ਪਾਣੀ ਵਿੱਚ ਪਾ ਕੇ ਛਿੜਕਾਅ ਕਰ ਦੇਣਾ ਔਰ ਇਹ ਛਿੜਕਾਅ ਜਿਹੜੇ ਆ ਇਹ ਤੁਸੀਂ ਹਫ਼ਤੇ ਹਫ਼ਤੇ ਦੇ ਫਰਕ ਦੇ ਨਾਲ ਫਿਰ ਤਿੰਨ ਛਿੜਕਾਅ ਕਰ ਦੇਣੇ ਆ ਪਹਿਲੇ ਕਰਨ ਤੋਂ ਬਾਅਦ ਦੂਸਰਾ ਫਿਰ ਤੀਸਰਾ ਹਫ਼ਤੇ ਹਫ਼ਤੇ ਦੇ ਫਰਕ ਨਾਲ ਪਰ ਪਹਿਲਾ ਛਿੜਕਾਅ ਜਿਹੜਾ ਉਹ ਤੁਸੀਂ ਪਹਿਲਾਂ ਪਾਣੀ ਲਾਉਣ ਤੋਂ ਪਹਿਲਾਂ ਕਰ ਦੇਣਾ ਸੋ ਇਹਦੇ ਨਾਲ ਤੁਹਾਡੀ ਇਹ ਕਾਟਪੂਰੀ ਹੋ ਜਾਣੀ ਆ ਇੱਕ ਗੱਲ ਧਿਆਨ ਚ ਰੱਖੋ ਸਿਰਫ ਆਪਾਂ ਸਪਰੇਅ ਕਰਨਾ ਤੇ ਆਪਾਂ ਜ਼ਮੀਨ ਦੇ ਵਿੱਚ ਮੈਗਨੀਜ਼ ਨਹੀਂ ਪਾਉਣਾ ਕਿਉਂਕਿ ਕਈ ਵਾਰੀ ਹੁੰਦਾ ਕਿ ਚਲੋ ਜ਼ਮੀਨ ਚ ਪਾ ਦਿਓ ਜਾਂ ਕਹਿੰਦਾ ਯਾਰ ਜ਼ਮੀਨ ਚ ਪਾ ਦਿਓ ਸਫਾਰਸ਼ਾਂ ਯੂਨੀਵਰਸਿਟੀ ਦੀਆਂ ਆਏ ਨੇ ਕਿ ਮੈਗਨੀਜ਼ ਦੀ ਕਾਟ ਜਿਹੜੀ ਆ ਉਹ ਸਿਰਫ ਤੇ ਸਿਰਫ ਸਪਰੇਅ ਕਰਨ ਨਾਲ ਹੀ ਪੂਰੀ ਹੋ ਜਾਂਦੀ ਹੈ ਖਾਦ ਪਾਉਣ ਦੀ ਲੋੜ ਨਹੀਂ ਜਾਂ ਕੁਝ ਹੋਰ ਪਾਉਣ ਦੀ ਲੋੜ ਨਹੀਂ ਹੁੰਦੀ ਇਸ ਗੱਲ ਦਾ ਖਿਆਲ ਰੱਖੋ ਕਿ ਜਦੋਂ ਬੂਟੇ ਨਿਕਲ ਆਉਂਦੇ ਆ ਤਾਂ ਵਿਚਕਾਰਲੇ ਪੱਤੇ ਜਿਹੜੇ ਆ ਉਹਨਾਂ ਦੇ ਵਿੱਚ ਧਾਰੀਆਂ ਬਣਦੀਆਂ ਨੇ ਪੀਲੇ ਰੰਗ ਦੀਆਂ ਭੂਰੇ ਰੰਗ ਦੀਆਂ ਥੋੜਾ ਜਿਹਾ ਗੁਲਾਬੀ ਭੂਰਾ ਰੰਗ ਆਇੰਦਾ ਉਹ ਫਿਰ ਨਾ ਲੰਮੀਆਂ ਲੰਮੀਆਂ ਧਾਰੀਆਂ ਬਣ ਜਾਂਦੀਆਂ ਨੇ ਪੱਤੇ ਦੇ ਵਿੱਚ ਸਿੱਧੀਆਂ ਸਿੱਧੀਆਂ ਤੇ ਇਹ ਬਹੁਤ ਗੂੜੀਆਂ ਵੀ ਹੋ ਜਾਂਦੀਆਂ ਸੋ ਇਸ ਦਾ ਖਿਆਲ ਰੱਖੋ ਤੇ ਜਦੋਂ ਸਿਟੇ ਤੇ ਆਈ ਹੁੰਦੀ ਹੈ ਕਣਕ ਉਦੋਂ ਫਿਰ ਜਿਹੜੇ ਉੱਪਰਲੇ ਟੀਸੀ ਵਾਲੇ ਪੱਤੇ ਹੁੰਦੇ ਆ ਇਹ ਜਿਹੜੀ ਆ ਉਸ ਵਕਤ ਲੱਛਣ ਆਉਂਦੇ ਆ ਤੇ ਤੁਸੀਂ ਸਪਰੇਅ ਕਰਕੇ ਇਹਦਾ ਇਲਾਜ ਕਰ ਸਕਦੇ ਹੋ ਫਿਰ ਤੁਹਾਡੇ ਨਾਲ ਅਗਲੇ ਪ੍ਰੋਗਰਾਮਾਂ ਦੇ ਵਿੱਚ ਵੀ ਅਸੀਂ ਗੱਲ ਕਰਾਂਗੇ ਦੱਸਾਂਗੇ ਤੁਹਾਨੂੰ ਸਾਡੇ ਪ੍ਰੋਗਰਾਮ ਇਸੇ ਤਰ੍ਹਾਂ ਵੇਖਦੇ ਰਹੋ ਕਣਕ ਦੇ ਸੀਜ਼ਨ ਦੇ ਵਿੱਚ ਕਣਕ ਬਾਰੇ ਤੇ ਝੋਨੇ ਦੇ ਸੀਜ਼ਨ ਬਾਰੇ ਵਿੱਚ ਝੋਨੇ ਬਾਰੇ ਜਾਂ ਬਾਕੀ ਫਸਲਾਂ ਬਾਰੇ ਤੁਹਾਨੂੰ ਨਾਲ ਦੀ ਨਾਲ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਹੁਣ ਦਿਓ ਮੈਨੂੰ ਇਜਾਜ਼ਤ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕੀ ਹੁੰਦੀ ਹੈ ਜਮ੍ਹਾਂ ਬੰਦੀ ਕਿਵੇਂ ਬਣਦੀ ਹੈ ਵਸੀਅਤ ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com 35 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ